ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ। ਮਨਪ੍ਰੀਤ ਚੀਮਾ ਜੀ ਮੇਰੇ ਨਾਲ ਮੌਜੂਦ ਨੇ, ਸਟੱਡੀ ਸਕੇਅਰ ਦੇ ਮੰਨੇ ਪ੍ਰਮੰਨੇ ਆਸਟ੍ਰੇਲੀਆ ਦੇ ਸਟੂਡੈਂਟਸ ਦੇ ਲਈ ਐਕਸਪਰਟ ਨੇ। ਮਨਪ੍ਰੀਤ ਚੀਮਾ ਜੀ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਮਨਪ੍ਰੀਤ ਜੀ, ਕਹਿੰਦੇ ਨੇ ਕਿ ਆਸਟ੍ਰੇਲੀਆ 'ਚ ਇੱਕ ਵੇਲਾ ਸੀ ਜਦੋਂ ਰੀਜਨਲ ਇਨਟੇਕ ਰੀਜਨਲ ਏਰੀਏ ਦੇ ਵਿੱਚ ਬਹੁਤ ਘੱਟ ਬੱਚੇ ਜਾਂਦੇ ਸੀ, ਹਾਲਾਂਕਿ ਉੱਥੇ ਫਾਇਦੇ ਬਹੁਤ ਹੈ ਪੋਸਟ ਸਟੱਡੀ ਵਰਕ ਪਰਮਿਟ ਦੇ ਵੀ ਹੈ। ਪਰ ਪਿਛਲੇ ਸਮਿਆਂ 'ਚ ਜਿਹੜੇ ਡਾਟੇ ਆਏ ਨੇ, ਕਹਿੰਦੇ ਸਥਿਤੀਆਂ ਲਗਭਗ ਬਰਾਬਰ ਹੋ ਗਈਆਂ, ਬਲਕਿ ਆਸਟ੍ਰੇਲੀਆ 'ਚ ਰੀਜਨਲ ਇਨਟੇਕ ਦੇ ਵਿੱਚ ਬੱਚਿਆਂ ਦੀ ਗਿਣਤੀ ਥੋੜ੍ਹੀ ਜਿਹੀ ਵਾਧੇ ਵਾਲੇ ਪਾਸੇ ਹੈ। ਸੋ ਟ੍ਰੈਂਡਿੰਗ 'ਚ ਹੈ ਰੀਜਨਲ ਇਨਟੇਕ, ਇਹਨੂੰ ਕਿਵੇਂ ਸਮਝਿਆ ਜਾਵੇ? ਹੁਣ ਜਿਵੇਂ ਜਨਵਰੀ ਇਨਟੇਕ ਹੈ, ਫਰਵਰੀ 'ਚ ਮਾਰਚ 'ਚ ਬੱਚਿਆਂ ਨੇ ਐਡਮਿਸ਼ਨ ਲੈਣੀ ਹੈ, ਕਹਿੰਦੇ ਹੁਣ ਤੱਕ ਜਿਹੜੀਆਂ ਐਪਲੀਕੇਸ਼ਨਾਂ ਗਈਆਂ ਨੇ ਉਹ ਬਰਾਬਰੀ ਬਰਾਬਰੀ ਵਾਲਾ ਕੰਮ ਹੈ, ਜਿੰਨੇ ਕੁ ਸ਼ਹਿਰਾਂ 'ਚ ਮੇਨ 'ਚ ਗਏ ਨੇ ਉਨੇ ਹੀ ਰੀਜਨਲ ਏਰੀਆ ਦੇ ਵਿੱਚ। ਆਸਟ੍ਰੇਲੀਆ ਦੇ ਰੀਜਨਲ ਏਰੀਏ ਦੇ ਇੰਨੇ ਜ਼ਿਆਦਾ ਟ੍ਰੈਂਡਿੰਗ 'ਚ ਆਉਣ ਦੇ ਕਾਰਨ ਕੀ ਨੇ ਕਿ ਹੁਣ ਵੀ ਆਪਸ਼ਨਸ ਨੇ ਜਨਵਰੀ ਲਈ, ਫਰਵਰੀ ਲਈ, ਮਾਰਚ ਲਈ? ਬਿਲਕੁਲ ਸਰ, ਐਕਚੁਅਲ ਦੇ ਵਿੱਚ ਕੀ ਹੈ ਕਿ ਪਹਿਲਾਂ ਰੀਜਨਲ 'ਚ ਬੱਚੇ ਇਸ ਕਰਕੇ ਵੀ ਘੱਟ ਜਾਂਦੇ ਸੀਗੇ ਕਿਉਂਕਿ ਜ਼ਿਆਦਾਤਰ ਬੱਚਿਆਂ ਦੇ ਰਿਲੇਟਿਵਸ ਜਾਂ ਬ੍ਰਦਰ ਸਿਸਟਰ ਮੇਨ ਸਿਟੀਜ਼ ਦੇ ਵਿੱਚ ਹੀ ਜਾਂਦੇ ਸੀ, ਉਦੋਂ ਇੰਨਾ ਬੱਚਾ ਵੀ ਨਹੀਂ ਸੀ ਜਾਂਦਾ। ਇਨੀਸ਼ਲੀ ਹਰ ਬੰਦੇ ਨੂੰ ਵੱਡੇ ਸਿਟੀਜ਼ ਦਾ ਹੀ ਪਤਾ ਸੀਗਾ ਜੀ, ਮੈਲਬਨ ਚਲੇ ਜਾਓ, ਸਿਡਨੀ ਚਲੇ ਜਾਓ, ਪਰਥ ਚਲੇ ਜਾਓ ਜਾਂ ਬ੍ਰਿਸਬੇਨ ਚਲੇ ਜਾਓ, ਐਡਲੇਡ, ਮਤਲਬ ਜਿਹੜੇ ਮੇਨ ਵੱਡੇ ਸਿਟੀਜ਼ ਦੇ ਨਾਮ ਸੁਣੇ ਸੀਗੇ, ਸਿਰਫ ਉਹਨਾਂ ਦੇ ਵਿੱਚ ਹੀ ਬੱਚੇ ਜਾਂਦੇ ਸੀਗੇ। ਬਟ ਫਿਰ ਕੀ ਹੋਇਆ, ਜਿੱਦਾਂ ਜਿੱਦਾਂ ਲੋਕਾਂ ਨੂੰ ਬੈਨੀਫਿਟਸ ਪਤਾ ਲੱਗਣ ਲੱਗੇ ਰੀਜਨਲ ਏਰੀਆਜ਼ ਦੇ ਕਿ ਉੱਥੇ ਵਰਕ ਪਰਮਿਟ ਐਕਸਟਰਾ ਮਿਲਦਾ ਹੈ ਜਾਂ ਪੁਆਇੰਟਸ ਕੁਛ ਐਕਸਟਰਾ ਮਿਲਦੇ ਆ ਪੀ ਆਰ ਦੇ ਟਾਈਮ 'ਤੇ, ਤਾਂ ਉੱਥੇ ਲੋਕਾਂ ਨੇ ਜਾਣਾ ਸਟਾਰਟ ਕੀਤਾ। ਈਵਨ ਕਿ ਸਿਟੀਜ਼ ਤੋਂ ਜਿਹੜੇ ਬੱਚੇ ਆਲਰੇਡੀ ਉੱਥੇ ਪੜ੍ਹ ਰਹੇ ਸੀ ਉਹ ਵੀ ਬਹੁਤ ਰੀਜਨਲ ਏਰੀਆ 'ਚ ਮੂਵ ਕਰ ਗਏ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਹੁਣ ਬੱਚੇ ਜਾ ਰਹੇ ਆ ਹੌਲੀ ਹੌਲੀ ਉਹਨਾਂ ਨੂੰ ਅਵੇਅਰਨੈਸ ਹੋ ਗਈ ਕਿਉਂਕਿ ਉਹਨਾਂ ਦੇ ਰਿਲੇਟਿਵਸ ਮੂਵ ਕਰ ਗਏ ਰੀਜਨਲ ਏਰੀਆ 'ਚ। ਉਹਨਾਂ ਨੇ ਦੱਸਿਆ ਕਿ ਰੀਜਨਲ ਦੇ ਵਿੱਚ ਤਾਂ ਆਉਣ ਦਾ ਬਹੁਤ ਬੈਨੀਫਿਟ ਸਾਨੂੰ ਹੋਇਆ, ਘਰ ਸਸਤੇ ਸੀਗੇ, ਜੋਬ ਓਪਰਚੁਨਿਟੀਜ਼ ਜ਼ਿਆਦਾ ਸੀਗੀਆਂ, ਸਕੋਲਰਸ਼ਿਪਸ ਅੱਛੀਆਂ ਸੀਗੀਆਂ, ਵੇਜ ਰੇਟ ਅੱਛਾ। ਤਾਂ ਹੌਲੀ ਹੌਲੀ ਜਿਹੜਾ ਰੀਜਨਲ ਦਾ ਇੰਟਰਸਟ ਬੱਚਿਆਂ ਦੇ ਵਿੱਚ ਇਨਕਰੀਜ਼ ਹੁੰਦਾ ਗਿਆ, ਹੌਲੀ ਹੌਲੀ ਉਹ ਚੀਜ਼ ਪੰਜਾਬ ਜਾਂ ਇੰਡੀਆ ਤੱਕ ਆ ਗਈ ਕਿ ਰੀਜਨਲ ਏਰੀਆ 'ਚ ਵੀ ਪੜ੍ਹਨਾ ਚਾਹੀਦਾ। ਇੱਕ ਮਿਸਕਨਸੈਪਸ਼ਨ ਵੀ ਸੀ ਵੀ ਪਤਾ ਨਹੀਂ ਰੀਜਨਲ ਦੇ ਵਿੱਚ ਫੈਸਿਲਿਟੀਜ਼ ਘੱਟ ਹੋਣਗੀਆਂ, ਉਹ ਵੀ ਉਹਨਾਂ ਦੀ ਦੂਰ ਹੋ ਗਈ ਕਿ ਨਹੀਂ, ਰੀਜਨਲ ਏਰੀਆਜ਼ ਆਰ ਇਕੁਅਲੀ ਡਿਵੈਲਪਡ ਜਿੰਨੇ ਕਿ ਅਰਬਨ ਏਰੀਆਜ਼ ਡਿਵੈਲਪਡ ਨੇ ਉਹਨਾਂ ਦੇ। ਤਾਂ ਇਸ ਕਰਕੇ ਹੁਣ ਬੱਚਿਆਂ ਦਾ ਇੰਟਰਸਟ ਵੱਧਦਾ ਜਾ ਰਿਹਾ ਕਿਉਂਕਿ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਫੈਸਿਲਿਟੀਜ਼ ਤਾਂ ਸੇਮ ਹੀ ਮਿਲਣੀ ਆ, ਕਿਉਂ ਨਾ ਆਪਾਂ ਇੱਕ ਸਾਲ ਦਾ ਵਰਕ ਪਰਮਿਟ ਐਕਸਟਰਾ ਲਈਏ ਅਤੇ ਕੁਛ ਜਿਹੜੇ ਪੁਆਇੰਟ ਸਾਨੂੰ ਗੌਰਮੈਂਟ ਐਕਸਟਰਾ ਦੇ ਰਹੀ ਉਹ ਛੱਡਣੇ ਕਿਉਂ ਹੈ, ਸਾਨੂੰ ਪੀ ਆਰ ਹੋਰ ਈਜ਼ੀਲੀ ਮਿਲ ਜਾਏਗੀ। ਇਸ ਕਰਕੇ ਰੀਜਨਲ ਟ੍ਰੈਂਡਿੰਗ ਦੇ ਵਿੱਚ ਹੈ ਔਰ ਰੀਜਨਲ ਦੀ ਹੌਲੀ ਹੌਲੀ ਪਾਪੂਲੈਰਿਟੀ ਵੱਧ ਰਹੀ ਹੈ। ਬਿਲਕੁਲ ਠੀਕ ਹੈ। ਸੋ ਹੁਣ ਮੁੱਖ ਰੂਪ 'ਚ ਫਾਇਦੇ ਆਉਣ ਵਾਲੇ ਸਮੇਂ 'ਚ ਰੀਜਨਲ ਏਰੀਆ ਦੇ ਕੀ ਹੈ? ਪਾਰਟ ਟਾਈਮ ਜੋਬ ਸਟੂਡੈਂਟਸ ਨੂੰ ਮਿਲਣ ਲੱਗ ਗਈਆਂ ਪ੍ਰੋਪਰ ਉੱਥੇ? ਬਿਲਕੁਲ ਜੀ, ਰੀਜਨਲ ਏਰੀਆ ਦੇ ਵਿੱਚ ਹਮੇਸ਼ਾ ਅਰਬਨ ਦੇ ਨਾਲੋਂ ਥੋੜ੍ਹਾ ਜਿਹਾ ਬੈਨੀਫਿਟ ਹੀ ਰਹੇਗਾ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਦੇਖੋ ਜਿੱਥੇ ਪਾਪੂਲੇਸ਼ਨ ਘੱਟ ਹੈ ਔਰ ਉਹ ਡਿਵੈਲਪ ਵੀ ਹੋ ਰਹੇ ਆ ਏਰੀਆਜ਼ ਹੁਣ, ਕਿਉਂਕਿ ਪਾਪੂਲੇਸ਼ਨ ਵੱਧ ਰਹੀ ਹੈ ਡਿਵੈਲਪਮੈਂਟ ਵੀ ਹੋ ਰਹੀ ਹੈ, ਬਟ ਰੇਸ਼ੋ ਹਜੇ ਵੀ ਕਿਤੇ ਨਾ ਕਿਤੇ ਸ਼ਹਿਰਾਂ ਨਾਲੋਂ ਘੱਟ ਹੈ ਬੱਚਿਆਂ ਦੇ ਜਾਣ ਦੀ। ਇਸ ਕਰਕੇ ਕੰਮ ਦੀ ਵੀ ਪੋਸੀਬਿਲਿਟੀ ਜ਼ਿਆਦਾ, ਵੇਜ ਰੇਟ ਵੀ ਅੱਛਾ, ਟਰੈਵਲ ਕਰਨ ਦਾ ਵੀ ਬੱਚਿਆਂ ਨੂੰ ਜਿਹੜਾ ਹੈ ਉਹ ਖਰਚਾ ਘੱਟ ਪੈਂਦਾ, ਈਵਨ ਰਹਿਣ ਦਾ ਵੀ ਖਰਚਾ ਬਾਕੀ ਸਿਟੀਜ਼ ਨਾਲੋਂ ਘੱਟੋ ਘੱਟ ਵੀ। ਜੇ ਆਪਾਂ ਕਹੀਏ ਕਿ ਅਗਰ ਮੈਲਬਨ 'ਚ ਕੋਈ ਬੱਚਾ ਜਾ ਰਿਹਾ ਤਾਂ ਫੋਰ ਐਗਜ਼ਾਮਪਲ ਅਗਰ ਉਹਨੂੰ $500 ਉਹਦਾ ਖਰਚਾ ਆ ਰਿਹਾ ਵੀਕ ਦਾ, ਤਾਂ ਰੀਜਨਲ 'ਚ 300 ਆਏਗਾ, ਐਗਜ਼ਾਮਪਲ ਦੇ ਰਿਹਾ ਮੈਂ, ਇਹ ਪਲੱਸ ਮਾਈਨਸ ਹੋ ਸਕਦਾ। ਅਤੇ ਇਸ ਕਰਕੇ ਹੁਣ ਜਿਹੜਾ ਰੀਜਨਲ ਹੈ, ਰੀਜਨਲ ਦੇ ਵਿੱਚ ਹਮੇਸ਼ਾ ਹੀ ਇਹ ਬੈਨੀਫਿਟਸ ਰਹੇ ਆ ਅਤੇ ਅੱਗੇ ਵੀ ਇਹ ਜਿਹੜੇ ਬੈਨੀਫਿਟਸ ਹੈ ਰਹਿਣਗੇ, ਕਿਉਂਕਿ ਉਹਨਾਂ ਨੂੰ ਸਿਟੀਜ਼ ਤੱਕ ਡਿਵੈਲਪ ਹੋਣ ਲਈ ਹਜੇ ਟਾਈਮ ਲੱਗੇਗਾ। ਜਿੰਨਾ ਉਹ ਜ਼ਿਆਦਾ ਡਿਵੈਲਪ ਹੁੰਦੇ ਜਾਣਗੇ ਉਨੀਆਂ ਓਪਰਚੁਨਿਟੀਜ਼ ਵੱਧਦੀਆਂ ਜਾਣਗੀਆਂ। ਇਸ ਕਰਕੇ ਕੋਈ ਵੀ ਬੱਚਾ ਹੈ, ਮੈਂ ਕਹੂੰਗਾ ਕਿ ਅਗਰ ਉਹਨਾਂ ਕੋਲ ਰਿਜਿਡ ਨਹੀਂ ਹੈਗੇ ਉਹ ਲੋਕੇਸ਼ਨ ਨੂੰ ਲੈ ਕੇ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਰੀਜਨਲ ਏਰੀਆਜ਼ ਨੂੰ ਵੀ ਕੰਸਿਡਰ ਕਰਨਾ ਚਾਹੀਦਾ। ਅੱਛਾ, ਮੈਨੂੰ ਇੱਕ ਗੱਲ ਹੋਰ ਦੱਸੋ ਕਿ ਰੀਜਨਲ ਏਰੀਆਜ਼ ਦੇ ਵਿੱਚ ਵੀ ਕੋਈ ਡਿਫਰੈਂਟ ਤਰ੍ਹਾਂ ਦੇ ਕੋਰਸਿਸ ਨੇ ਬੱਚਿਆਂ ਦੇ, ਜਾਂ ਜੋ ਕੋਰਸਿਸ ਮੇਨ ਸਿਟੀਜ਼ ਦੇ ਵਿੱਚ ਨੇ ਕੋਰਸਿਸ ਲਗਭਗ ਸੇਮ ਨੇ?
ਦੇਖੋ ਕੋਰਸਿਸ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਹਾਂ ਇਹ ਹੋ ਸਕਦਾ ਕਿ ਜਿੱਦਾਂ ਹੁਣ ਅਸੀਂ ਪਰਥ ਦੇ ਵਿੱਚ ਜਿਹੜੇ ਰੀਜਨਲ ਏਰੀਆ 'ਚ ਇੱਕ ਦੋ ਕੈਂਪਸਿਸ ਹੈਗੇ ਜਿੱਥੇ ਮਾਈਨਿੰਗ ਦੇ ਕੋਰਸਿਸ ਆ ਉਹ ਸਿਟੀਜ਼ ਦੇ ਵਿੱਚ ਨਹੀਂ ਹੈਗੇ, ਜਿੱਥੇ ਇਨਫਰਾਸਟ੍ਰਕਚਰ ਦੀ ਜ਼ਿਆਦਾ ਦੀ ਜ਼ਰੂਰਤ ਹੁੰਦੀ ਹੈ, ਜ਼ਿਆਦਾ ਇਨਫਰਾਸਟ੍ਰਕਚਰ ਦੀ ਲੋੜ ਹੋਏਗੀ ਬਿਲਡਿੰਗਸ ਦੀ ਰੀਜਨਲ ਏਰੀਆਜ਼ ਦੇ ਵਿੱਚ ਥੋੜ੍ਹਾ ਜਿਹਾ। ਹੁਣ ਜਿੱਦਾਂ ਇੱਕ ਕੁਛ ਯੂਨੀਵਰਸਿਟੀਜ਼ ਹੈ ਮੈਲਬਨ ਦੀਆਂ, ਜਿਹੜਾ ਉਹਨਾਂ ਦਾ ਸਿਟੀ ਕੈਂਪਸ, ਉਹਦੇ ਵਿੱਚ ਸਿਰਫ ITI ਵਗੈਰਾ ਦੇ ਕੋਰਸਿਸ ਹੈ, ਕਿਉਂਕਿ ਉੱਥੇ ਇੱਕ ਕੰਪਿਊਟਰ ਦੇ ਉੱਪਰ ਹੀ ਕੰਮ ਕਰਨਾ, ਉੱਥੇ ਇੱਕ ਬਿਲਡਿੰਗ ਦੇ ਵਿੱਚ ਵੀ ਜਾਂ ਉਹਦੇ ਲਈ ਇੰਨੀ ਸਪੇਸ ਦੀ ਲੋੜ ਨਹੀਂ। ਬਟ ਅਗਰ ਉਹੀ ਆਪਾਂ ਉਹਨਾਂ ਨੂੰ ਉਹਨਾਂ ਦੇ ਇੰਜੀਨੀਅਰਿੰਗ ਦੇ ਕੋਰਸਿਸ ਉਹਨਾਂ ਦੇ ਰੀਜਨਲ ਕੈਂਪਸ ਦੇ ਵਿੱਚ ਹੈ, ਜਿਹੜੇ ਕਿ ਮੈਲਬਨ ਤੋਂ 80 ਕਿਲੋਮੀਟਰ ਜਾਂ 100 ਕਿਲੋਮੀਟਰ ਦੂਰ ਕੈਂਪਸ ਹੈ, ਬਿਕੋਜ਼ ਉੱਥੇ ਜਗ੍ਹਾ ਜ਼ਿਆਦਾ ਚਾਹੀਦੀ ਹੈ ਉਹਨਾਂ ਕੋਰਸਿਸ ਨੂੰ ਰਨ ਕਰਨ ਲਈ। ਸੋ ਇਸ ਕਰਕੇ ਜਿਹੜੀ ਇਹ ਛੋਟੀ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਆਪਾਂ ਨੂੰ ਇਹ ਲੱਗਦਾ, ਇਹੀ ਇੱਕ ਮੈਨੂੰ ਲੱਗਦਾ ਕਿ ਮੇਜਰ ਫਰਕ ਹੈਗਾ ਜਿਹੜੇ ਕੁਝ ਕੋਰਸਿਸ ਇੰਜੀਨੀਅਰਿੰਗ ਵਗੈਰਾ ਦੇ ਜਾਂ ਇੱਦਾਂ ਦੇ ਕੋਰਸਿਸ ਹੈਗੇ ਆ ਜਾਂ ਮੈਰੀਨ ਦੇ ਨਾਲ ਰਿਲੇਟਡ ਕੋਰਸਿਸ ਨੇ, ਉਹ ਰੀਜਨਲ ਏਰੀਆਜ਼ ਦੇ ਵਿੱਚ ਇੱਕ ਸਪੈਸੀਫਿਕ ਯੂਨੀਵਰਸਿਟੀਜ਼ ਦੇ ਵਿੱਚ ਹੈਗੇ ਆ, ਅਦਰਵਾਈਜ਼ ਹਰ ਤਰ੍ਹਾਂ ਦਾ ਕੋਰਸ ਅਵੇਲੇਬਲ ਹੈ ਰੀਜਨਲ ਏਰੀਆ ਦੇ ਵਿੱਚ। ਜੀ ਚਲੋ, ਥੈਂਕ ਯੂ ਸੋ ਮੱਚ। ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਮਨਪ੍ਰੀਤ ਸਿੰਘ ਚੀਮਾ ਉਹਨਾਂ ਨੇ ਸ਼ੇਅਰ ਕੀਤੀ ਹੈ। ਸਕਰੀਨ 'ਤੇ ਨੰਬਰ ਹੈ, ਸਾਰੇ ਸਟੂਡੈਂਟ ਭਾਵੇਂ ਤੁਸੀਂ ਜਨਵਰੀ, ਫੈਬਰਰੀ, ਮਾਰਚ ਅਪਲਾਈ ਕਰਨਾ, ਤੁਰੰਤ ਚੀਮਾ ਜੀ ਦੇ ਨਾਲ ਗੱਲ ਕਰੋ। ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ।